ਬੋਲੀਏ ਬੰਦੀ ਛੋੜ ਮਹਾਰਾਜ ਕੀ ਜੈ। ਸਤਿਗੁਰੂ ਭੂਰੀ ਵਾਲੇ ਮਹਾਰਾਜ ਕੀ ਜੈ। ਸਤਿਗੁਰੂ ਰਕਵੇ ਵਾਲੇ ਮਹਾਰਾਜ ਕੀ ਜੈ। ਸਤਿਗੁਰੂ ਰਤਿਆਲ ਵਾਲੇ ਮਹਾਰਾਜ ਕੀ ਜੈ। ਬੋਲੀਏ ਬੰਦੀ ਛੋੜ ਮਹਾਰਾਜ ਕੀ ਜੈ। ਬੋਲੀਏ ਬੰਦੀ ਛੋੜ ਮਹਾਰਾਜ ਕੀ ਜੈ। ਪੂਰਨ ਬ੍ਰਹਮ ਕਿਰਪਾ ਨਿਦਾਨ ਸੁਣ ਕੇਸ਼ਵ ਕਰਤਾਰ ਗਰੀਬ ਦਾਸ ਮੁਝ ਦੀਨ ਕੀ ਪੱਤ ਰੱਖਿਓ ਬਹੁਤ ਸਵਾਰ। ਸ਼੍ਰੀ ਬੰਦੀ ਛੋੜ ਦਿਆਲ ਜੀ ਤੁਮ ਲਗ ਹਮਰੀ ਦੌੜ ਜੈਸੇ ਕਾਗ ਜਹਾਜ ਕੋ ਸੂਝਤੇ ਔਰ ਨਾ ਠੋਰ। ਗਰੀਬ ਸਾਧੂ ਮਾਈ ਬਾਪ ਹੈ ਸਾਧੂ ਭਾਈ ਬੰਦ ਸਾਧ ਮਿਲਾਇਓ ਰਾਮ ਸੇ ਕਾਟੇ ਜਮ ਕੇ ਫਲ। ਬਿਨਾ ਧਨੀ ਕੀ ਬੰਦਗੀ ਸੁਖ ਨਹੀਂ ਤੀਨੋ ਲੋਗ ਚਰਨ ਕਮਲ ਕੇ ਧਿਆਨ ਸੇ ਸ਼੍ਰੀ ਗਰੀਬ ਸੰਤੋਸ਼ ਚਰਨ ਕਮਲ ਕੇ ਧਿਆਨ ਸੇ ਸ਼੍ਰੀ ਗਰੀਬ ਸੰਤੋਸ਼ ਛੋੜ ਮਹਾਰਾਜ ਕੀ ਜੈ। ਲੱਗਿਆ ਰੇ ਗੁਰੂ ਚਰਣਾ ਦੇ ਨਾਲ ਮੇਰਾ ਮਨ ਲੱਗਿਆ ਰੇ ਲੱਗਿਆ ਰੇ ਗੁਰੂ ਚਰਣਾ ਦੇ ਨਾਲ ਮੇਰਾ ਮਨ ਲੱਗਿਆ ਰੇ ਲੱਗਿਆ ਰੇ ਗੁਰੂ ਚਰਣਾ ਦੇ ਨਾਲ ਮੇਰਾ ਮਨ ਲੱਗਿਆ ਰੇ ਲੱਗਿਆ ਰੇ ਗੁਰੂ ਚਰਣਾ ਦੇ ਨਾਲ ਮੇਰਾ ਮਨ ਲੱਗਿਆ ਰੇ ਲੱਗਿਆ ਰੇ ਗੁਰੂ ਚਰਣਾ ਦੇ ਨਾਲ ਮੇਰਾ ਮਨ ਲੱਗਿਆ ਰੇ। ਚਰਨ ਕਮਲ ਪਾਇਆ ਸਦਾ ਚਰਨ ਕਮਲ ਪਾਇਆ ਸਦਾ ਚਰਨ ਕਮਲ ਪਾਇਆ ਸਦਾ
ਦਿਲਾਨੀ ਪਕੜੀਏ ਆਏ ਦਿਲਾਨੀ ਪਕੜੀਏ ਆਏ ਦਿਲਾਨੀ ਪਕੜੀਏ ਸਰਦਾਏ ਬਾਹੇ ਨਾ ਛੋੜੀਏ ਮੇਰਾ ਮਨ ਲੱਗਿਆ ਰੇ ਲੱਗਿਆ ਰੇ ਸੰਤ ਜਪਉਂਦੇ ਤੇਰਾ ਨਾਮ ਜੀ ਰਾਮ ਦਾ ਤਾਂ ਮੁਕਤੀ ਦਾ ਸੰਤ ਜਪਉਂਦੇ ਤੇਰਾ ਨਾਮ ਜੀ ਰਾਮ ਦਾ ਤਾਂ ਮੁਕਤੀ ਦਾ ਸੰਤ ਜਪਉਂਦੇ ਤੇਰਾ ਨਾਮ ਰਾਮ ਦਾ ਤਾਂ ਮੁਕਤੀ ਦਾ ਸੰਤ ਜਪਉਂਦੇ ਤੇਰਾ ਨਾਮ ਰਾਮ ਦਾ ਤਾਂ ਮੁਕਤੀ ਦਾ ਸੰਤ ਜਪਉਂਦੇ ਤੇਰਾ ਨਾਮ ਰਾਮ ਦਾ ਤਾਂ ਮੁਕਤੀ ਦਾ ਸੰਤ ਜਪਉਂਦੇ ਤੇਰਾ ਨਾਮ ਸੰਤ ਜਪਉਂਦੇ ਤੇਰਾ ਨਾਮ ਸੰਤ
ਜੀ ਕੀ ਜੈ। ਸਤਿਗੁਰੂ ਭੂਰੀ ਵਾਲੇ ਮਹਾਰਾਜ ਜੀ ਕੀ ਜੈ। ਸਤਿਗੁਰੂ ਰਤਿਆਲ ਵਾਲੇ ਮਹਾਰਾਜ ਕੀ ਜੈ। ਸਤਿਗੁਰੂ ਰਤਿਆਲ ਵਾਲੇ ਮਹਾਰਾਜ ਜੀ ਕੀ ਜੈ। ਏ ਸਾਧੂਆਂ ਮੰਦੇ ਨੇ ਨਾਮ ਜਪਾਵਣੇ ਨੂੰ, ਸਾਧੂਆਂ ਮੰਦੇ ਨੇ ਨਾਮ ਜਪਾਵਣੇ ਹਾਜ਼ਰੀਆਂ ਭਰ ਰਹੇ ਸਾਰੇ ਪ੍ਰੇਮੀ, ਜੇ ਹੋ ਸਕੇ ਤਾਂ ਸੰਗਤ ਵੀ ਜ਼ਰੂਰ ਬੋਲੇ, ਸਾਰੀ ਸੰਗਤ ਬੋਲੋ ਬੰਦੀ ਛੋੜ ਮਹਾਰਾਜ। ਥੋੜਾ ਉੱਚੀ ਆਵਾਜ਼ ਚ ਬੋਲਿਓ, ਮਾਲਕ ਦੇ ਚਰਨਾਂ ਚ ਬੈਠੇ ਆ, ਥੋੜਾ ਗੱਜ ਵੱਜ ਕੇ ਜੈਕਾਰਾ ਬੋਲਿਓ, ਬੰਦੀ ਛੋੜ ਮਹਾਰਾਜ। ਔਰ ਸਾਰੀ ਸੰਗਤ ਨੇ ਕਹਿਣਾ ਹੈ, ਏ ਸਾਧੂਆਂ ਮੰਦੇ ਨੇ ਨਾਮ ਜਪਾਵਣੇ ਨੂੰ, ਸਾਧੂਆਂ ਮੰਦੇ ਨੇ ਨਾਮ ਜਪਾਵਣੇ ਨੂੰ, ਸਾਨੂੰ ਮਾੜਿਆ ਕੰਮਾਂ ਤੋਂ ਹਟਾਵਣੇ ਨੂੰ, ਸਾਨੂੰ ਮਾੜਿਆ ਕੰਮਾਂ ਤੋਂ ਹਟਾਵਣੇ ਨੂੰ। ਬੰਦੀ ਛੋੜ ਏ ਸਾਧੂਆਂ ਮੰਦੇ ਨੇ ਨਾਮ ਜਪਾਵਣੇ ਨੂੰ, ਸਾਧੂਆਂ ਮੰਦੇ ਨੇ ਨਾਮ ਜਪਾਵਣੇ ਨੂੰ,
ਕੀ ਜੈ ਮੇਰੇ ਸਤਿਗੁਰੂ ਰਤਿਆਲ ਵਾਲੇ ਮਹਾਰਾਜ ਕੀ ਜੈ ਸਤਿਗੁਰੂ ਰਤਿਆਲ ਵਾਲੇ ਮਹਾਰਾਜ ਕੀ ਜੈ ਏ ਰੂਹੇ ਸੰਤ ਬਚੋਲੇ ਪਾਲੇ ਰੱਬ ਨਾਲ ਮੇਲ ਦੇਣਗੇ ਰੂਹੇ ਬੰਦੀ ਛੋੜ ਸੰਤ ਬਚੋਲੇ ਪਾਲੇ ਰੱਬ ਨਾਲ ਮੇਲ ਦੇਣਗੇ ਰੂਹੇ ਸੰਤ ਬਚੋਲੇ ਪਾਲੇ ਰੱਬ ਨਾਲ ਮੇਲ ਦੇਣਗੇ ਰੂਹੇ ਸੰਤ ਬਚੋਲੇ ਪਾਲੇ ਰੱਬ ਨਾਲ ਮੇਲ ਦੇਣਗੇ ਰੂਹੇ ਨਾਲ ਸਮਾਂ ਵੀ
ਬਾਣੀ ਨਾਲ ਜੋੜ ਕੇ, ਨਾਮ ਦੇ ਨਾਲ ਜੋੜ ਕੇ, ਪਰਮਾਤਮਾ ਦੇ ਨਾਲ ਜੋੜ ਕੇ ਉਸ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਕੇ ਸਾਨੂੰ ਉਸ ਮੰਜ਼ਿਲ ਤੇ ਪਹੁੰਚਾ ਦਿੱਤੀ ਜਿਹੜੀ ਡਿਊਟੀ ਪਰਮਾਤਮਾ ਨੇ ਸਾਡੀ ਲਾਈ। 9-10 ਮਹੀਨੇ ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲੱਗੇ, 9-10 ਮਹੀਨੇ ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲੱਟ ਕੇ ਉੱਥੇ ਵੀ ਵਾਅਦਾ ਕਰਿਆ ਪਰਮਾਤਮਾ ਦੇ ਨਾਲ। ਇਹ ਪਰਮਾਤਮਾ, ਹੇ ਬੰਦੀ ਸੁਣ, ਮੈਨੂੰ ਇਸ ਨਰਕ ਤੇ ਬਚਾ ਲੈ, ਮੈਂ ਤੇਰਾ ਭਜਨ ਸੇਵਾ ਸਿਮਰਨ ਦਾਨ ਮੈਂ ਮਾਤ ਲੋਕ ਦੇ ਵਿੱਚ ਜਾ ਕੇ ਤੇਰਾ ਭਜਨ ਕਰੂੰ। ਆਪਾਂ ਸਾਰੇ ਭੁੱਲ ਗਏ, ਸਾਰੇ ਸਾਰੇ ਆਪਾਂ ਇੱਥੇ ਆਪਣੇ ਕੂੜ ਦੇ ਸੰਸਾਰ ਦੇ ਵਿੱਚ ਫਸ ਗਏ। ਮੇਰੀਆਂ ਧੀਆਂ, ਮੇਰੇ ਪੁੱਤਰ, ਮੇਰੇ ਭੈਣ, ਮੇਰੇ ਭਰਾ, ਰਿਸ਼ਤੇਦਾਰ, ਮਿੱਤਰ, ਇਹ ਇੱਥੋਂ ਦੇ ਸਾਥੀ ਹੈ। ਮਹਾਰਾਜ ਜੀ ਸਤਸੰਗ ਕਰ ਰਹੇ ਥੇ, ਵਾਣੀ ਨਾਲ ਜੁੜ ਰਹੇ ਥੇ। ਬੰਦੀ ਛੋੜ ਸਾਹਿਬ ਮਹਾਰਾਜ ਬਾਣੀ ਚ ਕਹਿੰਦੇ ਹੈ, ਸੰਤ ਸਾਹਿਬ ਕੁਛ ਅੰਤਰ ਨਹੀਂ, ਸਾਹਿਬ ਦਾ ਘਰ ਸੰਤਨ ਮਾਹੀ। ਉਸ ਪਰਮਾਤਮਾ ਦਾ ਸ਼ਬਦ ਮਹਾਰਾਜ ਜੀ ਸਤਸੰਗ ਚ ਵੀ ਕਹਿ ਰਹੇ ਸੀ ਕਿ ਭਜਨ ਕਰੋ, ਭਜਨ ਕਰੋ, ਭਜਨ ਕਰੋ, ਭਜਨ ਭਜਨ। ਜੋ ਪਰਮਾਤਮਾ ਦਾ ਭਜਨ ਸਿਮਰਨ ਹੈ, ਪਰ ਕਹਿੰਦੇ ਹਮ ਹੈ ਸ਼ਬਦ, ਸ਼ਬਦ ਹਮ ਮਾਹੀ, ਹਮ ਸੇ ਬਿਨ ਔਰ ਕੁਛ ਨਹੀਂ। ਪਾਪ ਪੁੰਨ ਦੋ ਬੀਜ ਬਣਾਇਆ, ਸ਼ਬਦ ਵੇਦ ਕਿਨ ਵਿਰਲੇ ਪਾਇਆ, ਸਭ ਦੇ ਸਰਵ ਲੋਕ ਮੈਂ ਗਾਜੈ, ਸ਼ਬਦ ਵਜ਼ੀਰ ਸ਼ਬਦ ਹੈ ਰਾਜੇ, ਸ਼ਬਦ ਸਥਾਵਰ ਜੰਗਮ ਜੋਗੀ, ਦਾਸ ਗਰੀਬ ਸ਼ਬਦ ਰਸ ਹੋਗੀ। ਇਹ ਸ਼ਬਦਾਂ ਦਾ ਰਸ, ਵਾਣੀ ਦਾ ਰਸ,
ਮਹਾਂਪੁਰਸ਼ਾਂ ਦਾ ਸਤਸੰਗ ਸੁਣਿਆ। ਇਹ ਸੰਤ ਮਹਾਂਪੁਰਸ਼ ਉਸ ਮੰਜ਼ਿਲ ਤੇ ਪਹੁੰਚਾ ਸਕਦੇ। ਇੱਥੋਂ ਦੇ ਸਾਥੀ ਸਾਡੇ ਬਹੁਤ ਹੈ। ਕਿਸੇ ਮਹਾਂਪੁਰਸ਼ ਨੇ ਲਿਖਿਆ, ਓ ਸਾਥੀ ਤੇਰੇ ਬਹੁਤ ਪਿਆਰਿਆ, ਸਾਥੀ ਬਣੇ ਨਾ ਮੰਜ਼ਿਲ ਦਾ ਕੋਈ, ਜਿਨ੍ਹਾਂ ਨੂੰ ਬਣਾਉਂਦਾ ਆਪਣੇ ਸਾਥ, ਛੱਡਣਗੇ ਮੂਰਖਾ ਸੋਈ। ਓ ਸਾਥੀ ਤੇਰੇ ਬਹੁਤ ਪਿਆਰਿਆ, ਸਾਥੀ ਬਣੇ ਨਾ ਮੰਜ਼ਿਲ ਦਾ ਕੋਈ, ਸਾਥੀ ਤੇਰੇ ਬਹੁਤ ਪਿਆਰਿਆ, ਸਾਥੀ ਬਣੇ ਨਾ ਮੰਜ਼ਿਲ ਦਾ ਕੋਈ। ਸੋਹਣੀਆਂ ਕਮਾਈਆਂ
ਸਾਰੇ ਮੰਦਰ ਬੜੀ ਹੀ ਜ਼ਿਆਦਾ ਬੈਠਣਾ ਬਣਾਇਆ ਸਾਰੇ ਮੰਦਰ ਬੜੀ ਹੀ ਜ਼ਿਆਦਾ ਬੈਠਣਾ ਬਣਾਇਆ ਕਿਚਨ ਬਣਾਤੀ ਕਰਦਾ ਬੜੀ ਪਰ ਜਦ ਉਹ ਸਮਾਂ ਆਇਆ ਫਿਰ ਇਹ ਸਾਮ ਕੋਈ ਹੋਰ ਬਹਿ ਗਿਆ ਸਾਮ ਕੋਈ ਹੋਰ ਬਹਿ ਗਿਆ ਇਹ ਤੈਨੂੰ ਰਾਤ ਕੱਟਣੀ ਨਾ ਹੋਈ ਸਾਮ ਕੋਈ ਹੋਰ ਬਹਿ ਗਿਆ ਤੈਨੂੰ ਰਾਤ ਕੱਟਣੀ ਨਾ ਹੋਈ ਮਹਾਰਾਜ ਕੀ ਜੈ ਸਤਿਗੁਰੂ ਭੂਰੀ ਵਾਲੇ ਮਹਾਰਾਜ ਕੀ ਜੈ ਸਤਿਗੁਰੂ ਰਕਵੇ ਵਾਲੇ ਮਹਾਰਾਜ ਕੀ ਜੈ ਇਹ ਸਦਾ ਖਿੜੀਆਂ ਰਹਿਣ ਫਲਵਾੜੀਆਂ ਲਾਈਆਂ ਸਤਿਗੁਰ ਭੂਰੀ ਵਾਲੇ ਨੇ ਸਦਾ ਖਿੜੀਆਂ ਰਹਿਣ ਫਲਵਾੜੀਆਂ ਲਾਈਆਂ ਸਤਿਗੁਰ ਭੂਰੀ ਵਾਲੇ ਨੇ ਰਕਵੇ ਵਾਲੇ ਨੇ ਪ੍ਰੀਤਾ ਨਾਲ ਪਾਲੀਆਂ ਲਾਈਆਂ ਸਤਿਗੁਰ ਭੂਰੀ ਵਾਲੇ ਨੇ ਇਹ ਸਦਾ ਖਿੜੀਆਂ ਰਹਿਣ ਫਲਵਾੜੀਆਂ ਲਾਈਆਂ ਸਤਿਗੁਰ ਭੂਰੀ ਵਾਲੇ ਨੇ ਸਦਾ ਖਿੜੀਆਂ ਰਹਿਣ ਫਲਵਾੜੀਆਂ ਪ੍ਰੀਤਾ
ਚੰਦਨ ਦਾ ਬੂਟਾ ਦੋਰਾ ਰੱਤੇ ਵਾਲ ਆਇਆ ਸੀ।
ਪੱਟੇ ਵਿੱਚ ਸਤਿਗੁਰ ਰੱਖਿਆ ਮਹਾਰਾਜ ਸਦਾ ਬੱਚੇ ਪੱਟੇ ਵਿੱਚ ਸਤਿਗੁਰ ਰੱਖਿਆ ਮਹਾਰਾਜ ਸਦਾ ਸਤਿਗੁਰੂ ਰਕਵੇ ਵਾਲੇ ਮਹਾਰਾਜ ਸਤਿਗੁਰੂ ਰਤਿਆਲ ਵਾਲੇ ਮਹਾਰਾਜ ਬੋਲੋ ਬੰਦੀ ਛੋੜ ਮਹਾਰਾਜ ਕੀ ਜੈ ਮਹਾਰਾਜ ਜੀ ਤੇਰਾ ਦਰਬਾਰ ਵਰਾ ਪੂਰੀ ਵਾਲੇ ਰਕਵੇ ਵਾਲੇ ਜੀ ਤੇਰਾ ਦਰਬਾਰ ਵਰਾ ਮਹਾਰਾਜ ਜੀ ਤੇਰਾ ਦਰਬਾਰ ਵਰਾ ਮਹਾਰਾਜ ਤੇਰਾ ਦਰਬਾਰ ਵਰਾ ਤੇਰਾ ਦਰਬਾਰ ਵਰਾ
ਕਵੀ ਜ਼ਰੂਰ ਬੋਲਿਓ ਜਿੰਨਾ ਕੁ ਸਮਾਂ ਮਿਲਿਆ, ਜਿਤਨਾ ਸਮਾਂ ਮਿਲਿਆ ਪਰਮਾਤਮਾ ਨੇ ਕਿਰਪਾ ਕਰੀ, ਇੱਕ ਇੱਕ ਸਵਾਸ ਕੀਤੀ ਹੈ। ਸਮਾਂ ਬੀਤਦਾ ਜਾ ਰਿਹਾ ਸਾਡਾ, ਕਿਸੇ ਦੇ 10 ਸਾਲ ਬੀਤ ਗਏ, ਕਿਸੇ ਦੇ 20 ਬੀਤ ਗਏ, 30 ਬੀਤ ਗਏ, 50 ਬੀਤ ਗਏ, 70 80 100 ਵਾਲੇ ਵੀ ਹੈ। ਸਮਾਂ ਬੀਤਦਾ ਜਾ ਰਿਹਾ ਸਾਡਾ, ਪਰ ਜਿਹੜੀ ਡਿਊਟੀ ਪਰਮਾਤਮਾ ਨੇ ਲਾਈ ਹੈ ਉਹ ਡਿਊਟੀ ਸਾਡੇ ਕੋਲ ਨਿਭਾਈ ਨਹੀਂ ਜਾ ਰਹੀ। ਸਤਿਗੁਰਾਂ ਨੇ ਕਿਰਪਾ ਕਰੀ, ਅੱਜ ਬੰਦੀ ਸੁਣ ਸਾਹਿਬ ਮਹਾਰਾਜ ਪੂਰੀ ਵਾਲਿਆਂ ਨੇ, ਸਤਿਗੁਰੂ ਰਤਨ ਵਾਲੇ ਮਹਾਰਾਜ ਜੀ ਨੇ ਕਿਰਪਾ ਕਰੀ, ਸਤਿਗੁਰੂ ਰਤਿਆਲ ਵਾਲੇ ਮਹਾਰਾਜ ਜੀ ਨੇ ਕਿਰਪਾ ਕਰੀ, ਬਹੁਤ ਵੱਡੀ ਅਪਾਰ ਕਿਰਪਾ। ਇੱਕ ਪੂਰਵ ਜਨਮ ਦੇ ਕਰਮ, ਸਵਾਮੀ ਤੁਲਸੀ ਦਾਸ ਮਹਾਰਾਜ ਜੀ ਲਿਖਦੇ ਬਾਣੀ ਚ, ਤੁਲਸੀ ਪੂਰਵ ਦੇ ਜਨਮ ਬਿਨ ਹਰੀ ਜਸ ਸੁਣਿਆ ਨਾ ਜਾਏ, ਤੁਲਸੀ ਪੂਰਵਲੇ ਜਨਮ ਬਿਨ ਹਰੀ ਜਸ ਸੁਣਿਆ ਨਾ ਜਾਏ, ਕਿਆ ਉਂਗੇ ਕਿਆ ਲੜ ਮਰੇ ਕਿਆ ਕਰ ਕੋ ਤੁਰ ਜਾਏ। ਜੇ ਕਰਮ ਚੰਗੇ ਨਾ ਕੀਤੇ ਹੋਣ ਫਿਰ ਮਹਾਰਾਜ ਦੇ ਦਰਬਾਰ ਦੇ ਵਿੱਚ ਸੰਤਾਂ ਮਹਾਂਪੁਰਸ਼ਾਂ ਦੇ ਚਰਣਾਂ ਦੇ ਵਿੱਚ ਬੈਠ ਕੇ, ਸਤਸੰਗ ਦੇ ਵਿੱਚ ਬੈਠ ਕੇ ਵੀ ਮਨ ਨਹੀਂ ਲੱਗਦਾ। ਵਾਅਦਾ ਕਰਿਆ, ਵਾਅਦਾ ਕਰਿਆ ਉਸ ਪਰਮਾਤਮਾ ਦੇ ਨਾਲ, 9-10 ਮਹੀਨੇ ਮਾਤਾ ਦੇ ਗਰਭ ਦੇ ਵਿੱਚ ਪੁੱਠੇ ਲੱਟ ਗਿਆ, ਉਹ ਤਾਂ ਸਮਾਂ ਭੁੱਲ ਗਿਆ ਸੀ। ਕਦੀ ਕਦੀ ਮਹਾਰਾਜ ਜੀ ਯਾਦ ਕਰਵਾਇਆ ਕਰਦੇ ਸੀ, ਇਹ ਜਦੋਂ ਪੁੱਠਾ ਲਟਕਦਾ ਸੀ ਉਹ ਦਿਨ ਭੁੱਲ ਗਏ, ਉਹ ਦਿਨ ਭੁੱਲ ਗਏ, ਇਹ ਜਦੋਂ ਪੁੱਠਾ ਲਟਕਦਾ ਸੀ ਉਹ ਦਿਨ ਭੁੱਲ ਗਏ, ਉਹ ਦਿਨ ਭੁੱਲ ਗਏ, ਕਿਰਪਾ ਕਰਦੇ ਬੰਦੀ ਛੋੜ, ਮੈਨੂੰ ਇਸ ਨਰਕ ਤੇ ਛਡਵਾ ਦੇ, ਵਾਰ ਵਾਰ ਜਨਮ ਲੈਣਾ, ਮਾਤਾ ਦੇ ਗਰਭ ਦੇ ਵਿੱਚ ਜਾਣਾ, ਮਰ ਜਾਣਾ। ਸਤਿਗੁਰਾਂ ਨੇ ਕਿਰਪਾ ਕਰੀ, ਸਿਆਣੇ ਬਜ਼ੁਰਗ ਸੰਤਾਂ ਮਹਾਂਪੁਰਸ਼ਾਂ ਕੋਲੋਂ ਸੁਣਿਆ, ਸਿਆਣਿਆਂ ਦੇ ਕੋਲੋਂ ਸੁਣਿਆ, 84 ਲੱਖ ਜੋਗੀ ਹੈ। ਇਹ ਚੋਲਾ ਜਿਹੜਾ ਸਾਨੂੰ ਪਰਮਾਤਮਾ ਨੇ ਦਿੱਤਾ ਹੈ ਬੜਾ ਅਨਮੋਲ ਹੈ। ਕਦੀ ਕਦੀ ਮੌਜ ਵਿੱਚ ਆ ਕੇ ਮਹਾਰਾਜ ਜੀ ਕਿਹਾ ਕਰਦੇ ਸੀ, 1983 ਦੇ ਵਿੱਚ ਸਤਿਗੁਰੂ ਮਹਾਰਾਜ ਜੀ, ਸਤਿਗੁਰੂ ਰਤਿਆਲ ਵਾਲੇ ਮਹਾਰਾਜ ਜੀ
ਮਹਾਰਾਜ ਜੀ ਨੇ ਕਿਰਪਾ ਕਰੀ, ਨਾਮ ਦਾਨ ਦੀ ਬਖਸ਼ਿਸ਼ ਕੀਤੀ। ਬਚਪਨ ਥਾ ਅਸੀਂ ਆਪਣੇ ਘਰੇ ਗੋਲਿਆਂ ਨਾਲ ਖੇਡਦੇ ਪਏ ਤੇ ਗੋਲਿਆਂ ਨਾਲ ਬੰਟਿਆਂ ਨਾਲ। ਮਹਾਰਾਜ ਜੀ ਸਾਡੇ ਘਰੇ ਬੈਠੇ, ਤਾਏ ਹੰਸ ਰਾਜ ਜੀ ਸਾਡੇ, ਉਹਨਾਂ ਦੇ ਵਿਆਹ ਦਾ ਮਹਾਰਾਜ ਜੀ ਭੋਗ ਪਾਉਣ ਗਏ। ਵਿਆਹ ਮਹਾਰਾਜ ਜੀ ਉੱਥੇ ਵਿਆਹ ਚ ਗਏ ਭੋਗ ਪਾਉਣ, ਵਿਆਹ ਦਾ ਤਾਏ ਹੰਸ ਰਾਜ ਤੇ ਸਾਡੇ। ਪਰ ਮਹਾਰਾਜ ਜੀ ਰੁਕੇ ਵੀ ਸਾਡੇ ਘਰ, ਕੁਰਸੀ ਪਰ ਬੈਠੇ ਮਹਾਰਾਜ ਜੀ, ਦੋਵੇਂ ਪੈਰ ਚੱਕ ਕੇ ਕੁਰਸੀ ਪਰ ਰੱਖੇ ਹੋਏ, ਸਾਨੂੰ ਖੇਡਦਿਆਂ ਨੂੰ ਦੇਖ ਰਹੇ। ਅਸੀਂ ਖੇਡ ਰਹੇ ਬੰਟਿਆਂ ਦੇ ਨਾਲ, ਚਾਰ ਜਣੇ ਖੇਡ ਰਹੇ ਤੇ ਅਸੀਂ ਮਹਾਰਾਜ ਜੀ ਨੂੰ ਬੁਲਾਇਆ, ਉਰੇ ਆਓ, ਉਰੇ ਆਓ ਸੋਹਣਿਓ ਕੰਜਰੋ, ਉਰੇ ਆਓ ਬੈਠੋ। ਕਿਰਪਾ ਕਰੀ ਮੇਰੇ ਸਤਿਗੁਰੂ ਮਹਾਰਾਜ ਜੀ, ਰਹਿਮਤਾਂ ਕਰੀਆਂ ਆਪਣੀਆਂ। ਉਸ ਵੇਲੇ ਪਰਮਾਤਮਾ ਨੇ ਕਿਰਪਾ ਕਰੀ, ਰਿੱਤਿਆਲ ਵਾਲੇ ਮਹਾਰਾਜ ਜੀ ਨੇ ਕਿਰਪਾ ਕਰੀ। 1983 ਦੇ ਵਿੱਚ ਮਹਾਰਾਜ ਜੀ ਨੇ ਆਪਣੇ ਚਰਨੀ ਲਾ ਲਿਆ। ਬੜੀ ਅਪਾਰ ਕਿਰਪਾ ਕਰੀ ਮੇਰੇ ਬੰਦੀ ਛੋੜਨੇ, ਉਹਨਾਂ ਦਾ ਦੇਣ ਦਾ ਦੇ ਨਹੀਂ ਸਕਦਾ। ਮੈਂ ਤੇਰਾ ਰੱਤਿਆਲ ਵਾਲਿਆ ਕਈ ਜਨਮ ਦੇਣ ਨਹੀਂ ਦੇ ਸਕਦਾ, ਮੈਂ ਤੇਰਾ ਖੁੰਡੇ ਵਾਲਿਆ ਕਈ ਜਨਮ ਦੇਣ ਨਹੀਂ ਦੇ ਸਕਦਾ। ਇਹ ਕਰਜ਼ਾ ਤੇਰੀ ਰਹਿਮਤ ਦਾ ਮੈਨੂੰ ਕਈ ਜਨਮ ਨਹੀਂ ਲੈ ਸਕਦਾ। ਮੈਂ ਤੇਰਾ ਖੁੰਡੇ ਵਾਲਿਆ ਕਈ ਜਨਮ ਦੇਣ ਨਹੀਂ ਦੇ ਸਕਦਾ, ਤੇਰਾ ਰੱਤਿਆਲ ਵਾਲਿਆ ਕਈ ਜਨਮ ਦੇਣ ਨਹੀਂ ਦੇ ਸਕਦਾ, ਤੇਰਾ ਰੱਤਿਆਲ ਵਾਲਿਆ ਕਈ ਜਨਮ ਦੇਣ ਨਹੀਂ ਦੇ ਸਕਦਾ, ਤੇਰਾ ਰੱਤਿਆਲ ਵਾਲਿਆ ਕਈ ਜਨਮ ਦੇਣ ਨਹੀਂ ਦੇ ਸਕਦਾ। ਕਰਜ਼ਾ ਤੇਰੀ ਰਹਿਮਤ ਦਾ ਮੈਨੂੰ ਕਈ ਜਨਮ ਨਹੀਂ ਲੈ ਸਕਦਾ, ਤੇਰਾ ਸਭ ਤੇਰਾ ਹੈ ਤਨ ਮਨ ਧਨ ਸਭ